ਸਾਹਮਣੇ ਹੁੰਦਾ ਸੀ ਗਿਆ ਠੀਕ ਹੈ ਤੂੰ ਵੀ ਠੀਕ ਹੈ ਦਿਨਾਂ ਵੀ ਰੱਖ ਲੈਣਾ ਸ਼ੁਰੂ ਅੱਜ ਮੈਂ ਇੱਥੇ ਆਇਆ ਕਾਠਾ ਲਵਾਉਣ ਅੱਬੂ ਫੋਨ ਕੀਤੀ ਗਿਆ ਤਾਂ ਲੱਕੜੀ ਨਾਲ ਬਿਜਲੀ ਰੇੜਿਆ ਲਾਇਆ ਤਾਂ ਉਹ ਦਿਨਾਂ ਬਾਹਰੋਂ ਖੜੇ ਤਾਂ ਉਹ ਲੱਕੜੀ ਲਗਾਉਣੇ ਬਾਅਦ ਕੋਈ ਕੰਮ ਬਿਲਾਲ ਮੈਂ ਖਿਆਲ ਤਾਂ ਮਸਜਿਦ ਤਾਂ ਬਿਲਾਲ ਠੀਕ ਸਰਪ੍ਰਾਜ ਗਿਆ ਨਮਾਜ਼ ਪੜ੍ਹਾ ਨਮਾਜ਼ ਪੜ੍ਹਾ ਵੀ ਨਹੀਂ ਵਾਲਾ ਰਕਸ਼ਕ ਦੀ ਕਲਵਾਉਣੇ ਇੱਥਾਂ ਸਾਰਿਆਂ ਕਾਠਿਆਂ ਬੰਨਾਂ ਕੱਠ ਨਵਾਉਣੇ ਇਹ ਦਿੱਕਤ ਆਉਣੇ ਕੱਠ ਹੈਗਾ ਤਰੇ ਜਣਿਆਂ ਦੇ ਦਿੱਕਤ ਆਉਣੇ ਜ਼ੋਰ ਲੱਗਦਾ ਗਾ ਦੇਖੋ ਜ਼ੋਰ ਲਈ ਬੰਨਾ ਖੜਾ ਦੇਖੋ ਜ਼ੋਰ ਲਈ ਮੈਂ ਨੱਲਾ ਪਟਵਾਇਆ ਸੀ ਬੜਾ ਜ਼ੋਰ ਲੱਗੇ ਇੱਥੋਂ ਕਹਿੰਦੇ ਪਹਿਲੇ ਦਿੱਕਤ ਲਏ ਤੇ ਜਾਤੇ ਆ ਕੇ ਫਸ ਗਿਆ ਬੋਲਾ ਉੱਥੋਂ ਲਾਏ ਸੇ ਪਹਿਲੇ ਪਹਿਲੇ ਦਰਵਾਜ਼ੇ ਕਹਿਣ ਲਏ ਤੇ ਬੋਲਾ ਇੱਥੇ ਜਾਤੇ ਇਹ ਤੇ ਨਾ ਹੀ ਵਜ੍ਹਾ ਕਹਿੰਦੇ ਫਸ ਗਿਆ ਬੋਲਾ ਇੱਕ ਤਾਂ ਆਖਰੇ ਜਦੋਂ ਮੋੜ ਊਂ ਜਾਤ ਲਏ ਸੇ ਉਹ ਇਹ ਜਦ ਪੀ ਕਾਠਾਂ ਪਹਿਲਾਂ ਹੀ ਤੇ ਭਰੋ ਇਹ ਪਰਲੇ ਸਾਈਡ ਤੇ ਲੈ ਦੇ ਦਰਵਾਜ਼ਾ ਬੰਦ ਕਰਨੇ ਤੇ ਖਤਮ ਜਾਗੜੇ ਸਾਰਾ ਤਾਲਾ ਨਹੀਂ ਮਰੀਨਾ ਪਹਿਲੇ ਮੇਰੇ ਕੋਲੋਂ ਨਾ ਮਰੀਨਾ ਹੁਣ ਫਿਲਹਾਲ ਕੋਲੋਂ ਨਹੀਂ ਮਰੀਨਾ ਪਤਾ ਨਹੀਂ ਕਿਆ ਹੈ ਸ਼ਾਇਦ ਵੇਟ ਬੰਨਿਆ ਬਿਨਾਂ ਹੀ ਵਜ੍ਹਾ ਕੋਲੋਂ ਆਉਂਦਾ ਨਹੀਂ ਸਹੀ ਉਹ ਪਸੀਨਾ ਆ ਗਿਆ ਬਹੁ ਹੁਣ ਤਾਲਾ ਲੱਗੇ ਕਈ ਤਰੀਕੇ ਦਾ ਲੱਗਦਾ ਨਾ ਬਸ ਕਲਮੀ ਵੀਡੀਓ ਦੇਖ ਰਹੇ ਤੁਹਾਨੂੰ ਮੇਰੇ ਸਾਡੀ ਵੀਡੀਓ ਅੱਛੀ ਲੱਗੀ ਅਗਰ ਸਾਡੀ ਵੀਡੀਓ ਅੱਛੀ ਲੱਗੇ ਤਾਂ ਸਾਡੇ ਚੈਨਲ ਕੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ